ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਨੂੰ ਹੀ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਗਾ ਤੇ ਬਾਕੀ ਮੈਂ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਚਲੋ ਵੱਧਦੇ ਹਾਂ ਵਲੌਗ ਵੱਲ ਆਪਾਂ ਹੋ ਗਏ ਸੀਗੇ ਰੈਡੀ ਸ਼ੈਡੀ ਤੇ ਗੱਡੀ ਲਏ ਸੀਗੇ ਚੱਕ ਕੇ ਗੱਡੀ ਦੇਖੋ ਧਵਾਉਣ ਵਾਲੀ ਸੀਗੀ ਤੇ ਧਵਾ ਕੇ ਇਹਨੂੰ ਫਿਰ ਚੱਲਦੇ ਹਾਂ ਜੋਧਾ ਦਿਖਾਉਂਦੇ ਤੁਹਾਨੂੰ ਬਾਕੀ ਚਾਚਾ ਕਹਿੰਦੇ ਹੈਂ ਹੁੰਦਾ ਨਹੀਂ ਸਟਾਰਟ ਕੀ ਗੱਲ ਹੋ ਗਈ ਕੀ ਜੀ ਕਰੀ ਕੋਈ ਨਾ ਦੇਖ ਲੈਂਦੇ ਹਾਂ ਬਾਅਦ ਚੋਂ ਮੈਂ ਕਰਾ ਲਿਆਉਂਗਾ ਟਾਇਰ ਕਰਾ ਲਾ ਅੰਦਰ ਟਾਇਰ ਅੰਦਰ ਕਰ ਲੱਗੇ ਸੀਗੇ ਕਿਉਂਕਿ ਰੂਟਾ ਬਟਰਨਾ ਪਾਉਣਾ ਸੀ ਚੱਲ ਰੂਟਾ ਬਟਰਨਾ ਪਾਉਣਾ ਸੀਗਾ ਪਲੇਟਾਂ ਦੂਜੇ ਲੋਡ ਕਰਨੀਆਂ ਪੈਣੀਆਂ ਹਾਂ ਅਸੀਂ ਕੀਤਾ ਸੀ ਘਰੀ ਕਿਉਂ ਖੁੱਲਦੇ ਨਹੀਂ ਸੀ ਦੇਖ ਲਾ ਫਿਰ ਸਾਡੀ ਜ਼ੋਰ ਕਹਿੰਦੇ ਜ਼ੋਰ ਲੱਗਿਆ ਉਹ ਬਾਕੀ ਚੱਲ ਕੇ ਵੀ ਟਾਇਟ ਹੋ ਜਾਂਦੇ ਆ ਕਹਿੰਦਾ ਕਿਉਂ ਗੋਟੀ ਪਾਈ ਸੀ ਘੁੰਮ ਗਿਆ ਨਾ ਘੁੰਮ ਗਿਆ ਫਿਰ ਇਹਦਾ ਹੀ ਕਰੋਗੇ ਹੁਣ ਨਹੀਂ ਘੁੰਮਿਆ ਨਹੀਂ ਖੁੱਲਦਾ ਸੀਗਾ ਲਓ ਜੀ ਗੱਡੀ ਆਪਾਂ ਇੱਥੇ ਲਾਤੀ ਤੇ ਇਹਦੀ ਮੂਹਰਲੀ ਯਾਰ ਨੰਬਰ ਪਲੇਟ ਟੁੱਟ ਗਈ ਨਾ ਇੱਕ ਦਿਨ ਕਬੂਤਰ ਆ ਕੇ ਵੱਜਿਆ ਕਬੂਤਰ ਐਂ ਉੱਡਦੇ ਸੀਗੇ ਨਾ ਅਤੇ ਉਹ ਲੱਗਿਆ ਵਿੱਚ ਪਰ ਕਬੂਤਰ ਬਚ ਗਿਆ ਮਰਿਆ ਨਹੀਂ ਗਿਆ ਸੀਗਾ ਮਰਿਆ ਨਹੀਂ ਸੀਗਾ ਅਤੇ ਉਹ ਨੰਬਰ ਪਲੇਟ ਟੁੱਟ ਗਈ ਉਹ ਨਵੀਂ ਲਵਾਉਣ ਵਾਲੀ ਆ ਅਤੇ ਉਹ ਲਵਾ ਲਾਂਗੇ ਆਪਾਂ ਅੱਜ ਅਤੇ ਬਸ ਬਾਕੀ ਤਾਂ ਓਕੇ ਆ ਉਹ ਬੁਰੀ ਲੱਗਦੀ ਹੈਗੀ ਮੂਹਰੋਂ ਲਓ ਜੀ ਧੋਤੀ ਗਈ ਆਪਣੀ ਗੱਡੀ ਅਤੇ ਹੁਣ ਸੁਕਾਉਣੀ ਰਹਿ ਗਈ ਬਸ ਸੁਕਾ ਕੇ ਅਤੇ ਫਿਰ ਇਹਨੂੰ ਕਿਹੜਾ ਚੱਲਦੇ ਹਾਂ ਲੈ ਕੇ ਚਿੱਟੀ ਚਿੱਟੀ ਨਿਕਲ ਆਉਂਦੀ ਓਏ ਲਓ ਜੀ ਗੱਡੀ ਲੈ ਕੇ ਆਇਆ ਸੀ ਮੈਂ ਸਦੌੜ ਉਹਦੇ ਨੰਬਰ ਪਲੇਟ ਜੀ ਲਵਾਉਣੀ ਸੀਗੀ ਉਹ ਬਾਈ ਲਾਈ ਜਾਂਦਾ ਉੱਥੇ ਦੁਕਾਨ 'ਤੇ ਅਤੇ ਆਪਾਂ ਬੁਲਟ 'ਤੇ ਗੇੜਾ ਕੱਢਣਾ ਆਏ ਸੀਗੇ ਹੁਣ ਆਏ ਸੀਗੇ ਰੈਕੋਡ ਸਦੌੜ ਹਨੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਅਤੇ ਆਪਾਂ ਨੰਬਰ ਪਲੇਟਾਂ ਬਣਵਾ ਲਈਆਂ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਸਰਪ੍ਰਾਈਜ਼ ਆ ਬਾਹਲੀਆਂ ਘੈਂਟ ਬਣੀਆਂ ਨੇ ਹੈ ਨਾ ਜੀ ਘੈਂਟ ਬਣੀਆਂ ਨੰਬਰ ਪਲੇਟਾਂ ਪੂਰੀਆਂ ਅਤੇ ਗੱਡੀ ਦੇ ਸੋਹਣੀਆਂ ਲੱਗਣਗੀਆਂ ਲੀਗਲ ਤਾਂ ਨਹੀਂ ਹੈਗੀਆਂ ਪਰ ਟੈਂਪਰੇਰੀ ਆ ਚੱਲ ਜਾਣਗੀਆਂ ਮਤਲਬ ਆਪਾਂ ਜੇ ਸ਼ਹਿਰ 'ਚ ਨਹੀਂ ਚਲਾ ਸਕਦੇ ਸ਼ਹਿਰ 'ਚ ਆਪਾਂ ਨੂੰ ਮੈਂ ਦੂਜਾ ਫਰੇਮ ਲਵਾਇਆ ਕਿ ਆਪਾਂ ਕੱਢ ਕੇ ਦੂਜੇ ਲੋਡ ਕਰਕੇ ਮਤਲਬ ਓਰੀਜਨਲ ਪਲੇਟ ਪਾ ਸਕਦੇ ਹਾਂ ਲਓ ਜੀ ਆਪਣੀ ਨੰਬਰ ਪਲੇਟ ਰੈਡੀ ਹੋ ਗਈ ਲਾਇਓ ਜੀ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿਹੋ ਜਿਹੀ ਰੈਡੀ ਹੋਈ ਹੈਗੀ ਲਓ ਜੀ ਕਰੋ ਚੈੱਕ ਲਓ ਜੀ ਆਹ ਲੱਗ ਗਈ ਨੰਬਰ ਪਲੇਟ ਘੈਂਟ ਲਾ ਦੀ ਨਾ ਮਗਰ ਵੀ ਲਵਾ ਦੀਏ ਹੈਲੋ ਲਓ ਜੀ ਮਿੱਤਰੋ ਤੇ ਨਿੰਦੀ ਕੋ ਪਹੁੰਚ ਗਏ ਸੀਗੇ ਬਾਕੀ ਨਿੰਦੀ ਬਾਈ ਜੀ ਕਿਤੇ ਗਏ ਹੋਏ ਆਗੇ ਦੇਖ ਲਓ ਹਨਾ ਤੇ ਆਪਣਾ ਟਰੈਕਟਰ ਇੱਧਰ ਖੜਾ ਗਾ ਆਪਣੇ ਟਰੈਕਟਰ 'ਚ ਸਾਰਾ ਕੁਛ ਡਨ ਹੋ ਗਿਆ ਤੁਸੀਂ ਕਹਿੰਦੇ ਵਲੌਗ ਵੀ ਜ਼ਿਆਦਾ ਤੁਸੀਂ ਇਹ 'ਚ ਬਣਾਉਂਦੇ ਹੋ ਰਾਤ ਨੂੰ ਕੀ ਹੋ ਗਿਆ ਆਹ ਦੇਖ ਲਓ ਗੰਦਾ ਬੱਚਾ ਬੂਟ ਲੈ ਕੇ ਤੇਰਾ ਚੱਕ ਕੇ ਜਵਾਕ ਇਹਦਾ ਬੂਟ ਚੱਕ ਲੈ ਗਏ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਅਤੇ ਸੀ ਟੀ ਵਗੈਰਾ ਤਾਂ ਹੁਣ ਓਕੇ ਦੀ ਰਿਪੋਰਟ ਆ ਇੱਕ ਮੈਂ ਕਲਿੱਪ ਐਡ ਕਰੂੰਗਾ ਸਾਰਾ ਕੁਛ ਰੈੱਡ ਹੋ ਜਾਂਦਾ ਹੁਣ ਤਾਂ ਠੰਡਾ ਹੋ ਗਿਆ ਪੰਪ ਨੋਰਮਲ ਕਰ ਦੇਣਾ ਗਾ ਅਤੇ ਕੱਲ੍ਹ ਨੂੰ ਇਹਨੂੰ ਧਵਾ ਕੇ ਲਿਆਵਾਂਗੇ ਇੱਕ ਹਨਾ ਕੱਲ੍ਹ ਪੰਪ ਨੋਰਮਲ ਕਰਨਾ ਇਹਦਾ ਨੋਰਮਲ ਕਰ ਹੋਰ ਬਾਹਲਾ ਬਾਹਲੀ ਅੱਗ ਕੱਢਦਾ ਗਾ ਅੱਗੇ ਵੱਧਦਾ ਸਹੀ ਗੱਲ ਤੇਲ ਵਧਾਇਆ ਸੀ ਹੁਣ ਇਹਦਾ ਨਹੀਂ ਨਹੀਂ ਲੱਗ ਦੇਖੀਆਂ ਉਹ ਠੰਡੀ ਆ ਲਾ 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 ਬਾਈ ਲਾ ਚੈੱਕ ਕਰੋ ਤੁਸੀਂ ਸਾਰਾ ਕੁਛ ਰੈੱਡ ਰੈੱਡ ਇੰਨਾ ਗਰਮ ਤਾਂ ਕਦੇ ਹੋਈ ਨਹੀਂ ਹੋਇਆ ਸੀਗਾ ਬਾਕੀ ਟਰਬੋ ਦੇਖ ਲਿਆ ਹਨਾ ਤੁਸੀਂ ਅਤੇ ਕੱਲ੍ਹ ਨੂੰ ਇਹਦਾ ਸਾਰੀ ਫਿਟਿੰਗ ਡਨ ਪ੍ਰੋਪਰ ਕਰਕੇ ਅਤੇ ਉਸ ਤੋਂ ਬਾਅਦ ਫਿਰ ਆਪਾਂ ਫੈਰਦਾਨਾ ਦਾ ਕਰਾ ਦਈਏ ਨਾ ਕੰਮ ਗੇੜਾ ਗੂੜਾ ਤਾਂ ਅਸੀਂ ਦੇ ਆਏ ਸੀਗੇ ਰੀਲ ਰੂਲ ਬਣਾ ਲਈ ਸੀ ਇੰਸਟਾਗ੍ਰਾਮ 'ਤੇ ਜਾ ਕੇ ਫੋਲੋ ਕਰੋ ਜਿਹਨੇ ਨਹੀਂ ਕੀਤਾ ਆਈ ਡੀ ਮੈਂ ਇੱਥੇ ਮੈਂਸ਼ਨ ਕਰ ਦੂੰ ਤੇਰੇ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ ਸਾਰੇ ਜਾਣੇ ਜਾ ਕੇ ਜ਼ਰੂਰ ਇੰਸਟਾਗ੍ਰਾਮ 'ਤੇ ਫੋਲੋ ਕਰਿਓ ਮੇਰਾ ਵੀਰ ਠੀਕ ਆ ਅਤੇ ਤੁਹਾਡਾ ਕੁਐਸਚਨ ਆਉਂਦਾ ਗਾ ਵੀ ਸਿਸਟਮ ਕਦੋਂ ਕਰੋਗੇ ਨਾ ਸਿਸਟਮ ਆਪਾਂ ਜਲਦੀ ਕਰ ਰਹੇ ਹਾਂਗੇ ਬਸ ਆਪਣਾ ਦੇਖ ਲਓ ਤੁਸੀਂ 1 ਤਰੀਕ ਨੂੰ 2 ਨੂੰ ਲੈ ਕੇ ਜਾਊਂਗਾ ਮੈਂ ਟਰੈਕਟਰ ਉੱਥੇ ਸਿਸਟਮ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਆਪਣਾ ਸਿਸਟਮ ਲੱਗ ਜਾਣਾ ਗਾ ਬਸ 1-2 ਦਿਨਾਂ ਦਾ ਕੰਮ ਆ ਬਸ ਆਪਣਾ ਠੀਕ ਆ ਅਤੇ ਸਿਸਟਮ ਆਪਣਾ ਲੱਗਣਾ ਉਹ ਸਰਪ੍ਰਾਈਜ਼ ਹੀ ਆ ਕਿੰਨੇ ਬੂਫਰ ਲੱਗਣੇ ਆ ਠੀਕ ਆ ਜਿਹੜੀਆਂ ਆਪਾਂ ਕੱਲ੍ਹ ਨੰਬਰ ਪਲੇਟਾਂ ਲਵਾ ਕੇ ਲਿਆਇਆ ਦੱਸੋ ਕਿਵੇਂ ਲਾ ਦੀਆਂ ਨੇ ਮੈਨੂੰ ਤਾਂ ਬਹੁਤ ਘੈਂਟ ਲੱਗੀਆਂ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਠੀਕ ਹੈ ਅਤੇ ਇਹਦੀਆਂ ਮੈਂ ਲਾਈਟਾਂ ਜਿਹੜੀਆਂ ਸੀਗੀਆਂ ਚਿੱਟੀਆਂ ਵਾਈਟ ਕਲਰ ਮਤਲਬ ਹੁੰਦੀਆਂ ਨੇਗੀਆਂ HID ਉਹ ਸਮਾਨ ਮੈਂ ਸਾਰਾ ਲੈ ਲਿਆ ਉਹ ਪਿੱਛੇ ਡਿੱਗੀ 'ਚ ਪਿਆ ਸਾਰਾ ਸਮਾਨ ਦੇਖੋ ਲਓ ਜੀ ਆਹ HID ਲਾਈਟਾਂ ਨੇਗੀਆਂ ਸਾਰੀ ਕਿੱਟ ਹੈ ਇਹਦੀ ਦੇਖੋ ਅਤੇ ਇਹ ਮੈਨੂੰ ਮਿਲੀ 1500 ਰੁਪਏ ਦੀ ਠੀਕ ਆ ਬਾਕੀ ਮਾਰਕੀਟ ਪ੍ਰਾਈਜ਼ ਜ਼ਿਆਦਾ ਹੋਣਾ ਗਾ 2-3 ਹਜ਼ਾਰ ਦੀ ਹੋਊਗੀ ਬਾਕੀ ਮੈਨੂੰ ਇੰਨਾ ਪਤਾ ਨਹੀਂ ਗਾ ਹੈ ਨਾ ਅਤੇ ਵਾਈਟ ਨਿਓਨ ਲਾਈਟ ਲਈ ਸੀਗੀ ਇੱਕ
ठीक है तो आ C6 बल्ब ने जेडे आप पाने थले फॉग लैंप च तो अज मैं कोई मिस्त्री मिले नहीं गा जो फिट कर दे तो कल आप करा लाँगे आ लाइटा पट के आप न्यों लाइनी है कि मूहरिया लाइटा के ओके गड्डी दी ओके बाकी ओके आ लॉक ला दी पिछों भी लुक चेक कर सकते हो इतने डेंट है गाइस ये डेंट की कहानी भी थोड़ा दस दिना फोर्ड मतलब गड्डी खड़ी सी फोर्ड का आके लिंक लगियां सीगियां ये डेंट ड्राई निकल जूगा क्योंकि कोई झरीट नहीं पई हैगी अंदरले पासे निकल जाने आराम नाल लो जी अज है नैक्सट डे तो आप पहुँच गए अजोधा तो अज स्कूल गए तो करके लेट आए हैं कि वधिया होर चरण कि मजा मैं सैट आ रेड हॉर्स किधर ले फिरते हो चोपर दिखाने चल के फटता लैन दे ना जान देखो अपनी गड्डी दिखाने मोड़ है नहीं चलते कम की आए लो जी करो दर्शन चोबर दे छतरी कसन लगे पिंड जोधा नेड़े मनसूर लुधियाना देखी देखी पूरा एड्रेस दिंदा कैमरा ऑन कर ला करो चेक ते बाकी है ना 745 ਸਤਿਕਾਰ ਮਿਸਤਰੀ ਕੀ ਹਾਲ ਚਾਲ ਬਹੁਤ ਵਧੀਆ ਕੱਲ ਦੀ ਵੀ ਨਾਲ ਸੰਤ ਅਸੀਂ ਅੱਜ ਵਿਹਲੇ ਕਰੂੰਗੇ ਛਤਰੀ ਅੰਦਰ ਪਈ ਆ ਸ਼ੋ ਸ਼ੂ ਕਾਸ ਦੋ ਯਾਰ ਸਾਰਾ ਕੁਛ मेहनत मूहनत करके हुड बाहर कट एलसीडी एलसीडी ध्यान ना रख गुरी और उची चक नू पता ही है सानू सारा तलाती कहते चलिया छत का सुनिया तू ब्लॉग बना ला पर बैक ना बज ठीक है ना छत रख लगे नट अपने नट नहीं लाते ट्रेट में चला मैं चलिया घर मैं फोन असि फोन करा गे गुरी आई देखो जी अरे नट है ना यह बहुत मेहनत ने कमाया हुआ नट चल पकाई बाजो मार ली खेडा कर द भाई नूर नू मिलन आयो कितों आयो भाई शराबे तो आयो बड़ी दूरों आया नेट दूरों ही आ जानी भाई इधर नू इधर नू इधर शराबा हाँ इधर है सॉरी किलोमीटर पे ठीक है ब्रेक हाँ 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 ठीक है आवाज छतरी फट कर दे भाई आउंदा हो आ गया कहिंदे छाल मारी शक्तिमान शक्तिमान भाई नू मिल ला 10 मिनट हो गए झूठी जाता गुरी भाई यार देखो नूर ने नट पाए बांस तो पता ही नहीं हूं मैं इधर तू ही खड़ा सी तू ही पाए ने तू ही खड़ा सी अंदर चाचे का नाम लापता जे किसी पता कमेंटा च करके दस्यो गुरी के चाचे का नाम बापे उपर रख दे इधर तारा इधर दी गुरी ग्रेड वाली तारा भाई इतने फसाने लगे उत्ते रख दे भीरे उत्ते कहने मुंडा हूं जिम लाउंदा गा 2 मिनट बह के कहना मेरा गोडा दोन लग गया कहा ना नूरे ने ना कहना हो पेगी जिया हुंदे आगे खल्ली चढ़ गई हुण इत्थे रंग जा बदली मैं 200 मीटर नहीं इत्थे खड़ा रंग जा बदली जांदा हुण तू को साफ
रंग फिट होगी बाकी देखो बाई दे अर्जन 605 डी आई कहने चल वो सीट ही फिट करने लगे हुए मिस्त्री ए सीट ही मतलब अपने जुगाड़ मंगू करनी है आ बनाया पे ना हाई फड़ लैंदा गा तवियां चो फुल खोल के बाई दा बैटर बाई टर्बो लाउण तों बाद किन्ना क फर्क पै गया टर्बो लाउण तों बाद वीरे ਐ ਲਾ ਲਾ ਵੀ ਅੱਗੇ ਟਰੈਕਟਰ ਦੂਜੇ ਹਾਈ 'ਚ ਲੋਡ ਲੈਂਦਾ ਸੀ ਓਕੇ ਹੁਣ ਤੀਜੇ 'ਚ ਚੱਕ ਲੈਂਦਾ ਤੀਜੇ ਹਾਈ 'ਤੇ ਚੱਲਦਾ ਅਤੇ ਹਲਾਂ 'ਤੇ ਦੂਜੇ ਹਾਈ 'ਚ ਠੀਕ ਹੈ ਅਤੇ ਚੱਕਰ ਤੋੜਦਾ 100 ਚੱਕਰ ਤੋੜਦਾ ਠੀਕ ਹੈ ਤੇਲ ਘਟਾ ਗਿਆ ਵੀਰੇ ਅੱਗੇ ਖਾਂਦਾ ਸੀਗਾ ਰੋਟਾਵੀਟਰ 'ਤੇ 7.5 ਲੀਟਰ ਹਾਂਜੀ ਹੁਣ ਖਾਂਦਾ ਵੀਰੇ 6 ਲੀਟਰ ਓਕੇ 1.5 ਲੀਟਰ ਘਟਾ ਗਿਆ ਤੇ 1.5 ਲੀਟਰ ਘਟਾ ਗਿਆ ਠੀਕ ਹੈ ਜੀ ਅਤੇ ਬਾਕੀ ਟਰਬੋ ਦਾ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਫਾਇਦਾ ਠੀਕ ਹੈ ਅਤੇ ਐਵਰੇਜ ਵੀ ਵੱਧ ਗਈ ਨਾਲੇ ਜ਼ੋਰ ਜ਼ਿਆਦਾ ਮਾਰਨ ਲੱਗਿਆ ਹੈ ਨਾ ਵੀਰੇ ਬਿਲਕੁਲ ਵੀਰੇ ਅਤੇ ਪੰਪ ਤਾਂ ਨਹੀਂ ਕੋਈ ਕਰਾਇਆ ਹੈਗਾ ਨਹੀਂ ਪੰਪ ਦਾ ਹਜੇ ਕੁਛ ਨਹੀਂ ਕਰਾਇਆ ਪੰਪ ਦਾ ਹਜੇ ਕੁਛ ਨਹੀਂ ਕਰਾਇਆ ਦੇਖ ਲਓ ਫਿਰ ਵੀ ਜੇ ਪੰਪ ਹੋ ਜਾਵੇ ਤਾਂ ਫਿਰ ਵੀ ਫਰਕ ਪਾਜੂ ਉਹ ਹੋਰ ਐਵਰੇਜ ਦਾ ਬਿਲਕੁਲ ਵੀਰੇ ਹਾਂਜੀ ਪਰ ਓਰੀਜਨਲ ਪੰਪ ਹੈਗਾ ਕਿੰਨੇ ਮਾਡਲ ਆ ਵੀਰੇ ਇਹ 14 ਮਾਡਲ 14 ਮਾਡਲ ਠੀਕ ਹੈ ਜੀ ਅਤੇ ਬਾਕੀ ਟਰਬੋ ਦੀ ਫਿਟਿੰਗ ਤੁਸੀਂ ਦੇਖ ਸਕਦੇ ਹੋ ਨਿੰਦੀ ਬਾਈ ਜੀ ਨੇ ਕੀਤੀ ਹੋਈ ਹੈ ਸਾਰੀ ਸਟੀਲ ਦੇ ਪੈਪ ਪਾ ਕੇ ਟਰਬੋ ਲਾਉਣ ਲੱਗ ਗਏ ਸੀ ਉਹ ਕਦੇ ਲਾਉਣ ਲੱਗ ਗਏ ਸੀਗੇ ਇੱਕ ਮਿਥ ਬਣੀ ਹੋਈ ਸੀਗੀ ਕਿ ਟਰਬੋ ਲੱਗੂਗੀ ਇੰਜਨ ਛੇਤੀ ਖਰਾਬ ਹੋ ਜੂ ਲੈ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਨਵੇਂ ਦਿਨ ਦੇ ਵਿੱਚ ਅੱਜ ਆਪਾਂ ਜਾ ਕੇ ਆਏ ਹਾਂ ਝੱਲ ਪਿੰਡ ਟੂਰਨਾਮੈਂਟ 'ਤੇ ਅਤੇ ਉੱਥੇ ਬਹੁਤ ਹੀ ਬਾਈਆਂ ਨੇ ਮਾਣ ਸਨਮਾਨ ਕੀਤਾ ਹਨ ਵਧੀਆ ਲੱਗਿਆ ਅਤੇ ਬਾਕੀ ਹੁਣ ਆਪਾਂ ਚੱਲੇ ਸੀਗੇ ਜੋਧਾਂ ਅਤੇ ਉੱਥੇ ਦਾ ਮਾਹੌਲ ਚੱਲ ਤੁਹਾਨੂੰ ਮੈਂ ਥੋੜ੍ਹੀ ਜਿਹੀ ਕਲਿੱਪ ਐਡ ਕਰ ਦੂੰ ਛੋਟੀ ਛੋਟੀ ਤੁਸੀਂ ਦੇਖ ਲਿਓ ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂਗੇ ਜੋਧਾਂ ਪਿੰਡ ਉੱਥੇ ਆਪਣਾ ਜਿਹੜਾ ਟਰੈਕਟਰ ਉਹਦਾ ਜੀ ਰਾਤ ਕੀ ਹੋਇਆ ਰਾਤ ਸਾਡੇ ਤੋਂ ਗੇਅਰ ਟੁੱਟ ਗਿਆ ਉਹਦਾ ਗੇਅਰ ਨਹੀਂ ਟੁੱਟਿਆ ਮਤਲਬ ਗੇਅਰ 'ਚ ਇੱਕ ਖੜ੍ਹ ਜੋ ਤੁਹਾਨੂੰ ਦਿਖਾਉਣਾ ਕੀ ਜੁਗਾੜ ਆ ਆਹ ਵਾਲਾ ਜੁਗਾੜ ਹੈਗਾ ਗੇਅਰ ਵਾਲਾ ਜਿਹੜਾ ਟੁੱਟ ਗਿਆ ਇਹ ਅਸੀਂ ਆਉਂਦੇ ਹੋਏ ਨਵਾਂ ਪਰਚੇਜ਼ ਕਰ ਲਿਆ ਏ ਅਤੇ ਹੁਣ ਇਹ ਜੌਂਡੀਅਰ ਦੇ ਨਵਾਂ ਪੈਣਾ ਗਾ ਜੁਗਾੜ ਦੇਖੋ ਇਹ ਰਾਡ ਹੈਗੀ ਗੇਅਰ ਵਾਲੀ ਲੋ ਅਤੇ ਰਿਵਰਸ ਵਾਲੀ ਇਹ ਟੁੱਟ ਗਈ ਅਤੇ ਇਹ ਆਪਾਂ ਪਾਉਣੀ ਆ ਨਵੀਂ ਜੌਂਡੀਅਰ ਦੇ ਠੀਕ ਆ ਅਤੇ ਹੁਣ ਜਾ ਕੇ ਉਹਨੂੰ ਅੱਡ ਅੱਡ ਕਰਦੇ ਹਾਂ ਬਚਾ ਲਓ ਅੱਧਾ ਅੱਧਾ ਅਤੇ ਫਿਰ ਉਹਦਾ ਗੇਅਰ ਵਾਲਾ ਜੁਗਾੜ ਆ ਜਿਹੜਾ ਉਹਦੇ 'ਚ ਆਹ ਰਾਡ ਨਵੀਂ ਪਾਉਣੀ ਆ ਆਪਾਂ ਕਹਿੰਦੇ ਕੌਣ ਆ ਗਿਆ ਢਿੱਲੋਂ ਨਵਾਂ ਸਪਲੈਂਡਰ ਲਿਆਂਦਾ ਚੋਬਰ ਕੋਲੇ ਪਹੁੰਚ ਚੁੱਕੇ ਆ ਤੇ ਕਹਿੰਦੇ ਰੋਜ਼ ਹੀ ਨੇਰਾ ਹੋ ਜਾਂਦਾ ਸਾਡਾ ਕੰਮ ਹੀ ਨੇਰੇ ਹੁੰਦਾ ਹੈਗਾ ਹਨਾ ਵੀ ਦਿਨੇ ਤਾਂ ਨਿੰਦੀ ਬਾਈ ਜੀ ਕੰਮ ਕਰਦੀ ਨੀ ਤੇ ਬਾਕੀ ਦੇਖੋ ਤੁਸੀਂ ਪੈਰ ਦਾ ਇਹਨਾਂ ਦਾ ਆਪਣਾ ਆਹ ਪਲੇਟਾਂ ਆਈਆਂ ਤੇ ਪੱਤੀਆਂ ਲੱਗੀ ਜਾਂਦੀਆਂ ਸੀਗੀਆਂ ਤੇ ਪੱਤੀਆਂ ਲੱਗ ਕੇ ਉਦੋਂ ਬਾਅਦ ਫਿਰ ਫਿਟਿੰਗ ਕਰਕੇ ਤੇ ਆਪਣੇ ਜਿਹੜੇ ਉਹ ਨੇਗੇ ਉੱਚੇ ਕਰਕੇ ਪੈਡਲ ਪੁੱਡਲ ਤੇ ਬਾਕੀ ਆਹ ਸੀਗੀ ਜਿਹੜੀ ਰਾਡ ਆਪਾਂ ਨਵੀਂ ਪਾਉਣੀ ਹੈਗੀ ਜਿਹੜੀ ਟੁੱਟ ਗਈ ਹੈ ਨਾ ਗੇਅਰ ਦੀ ਹਾਂ ਤੁਹਾਨੂੰ ਦਿਖਾਉਣਾ ਗੇਅਰ ਫ੍ਰੀ ਹੋ ਗਿਆ ਇੱਕ ਮਿੰਟ ਹਾਂ ਇੱਥੇ ਰੱਖਦਾ ਮੈਂ
ਤੇ ਆ ਦੇਖੋ ਆਹ ਹਾਈ ਤਾਂ ਪੈਂਦਾ ਪਰ ਆਹ ਜਿਹੜਾ ਆਪਣਾ ਲੋ ਤੇ ਰਿਵਰਸ ਆ ਗਿਆ ਇਹ ਫ੍ਰੀ ਹੋ ਗਿਆ ਇਹ ਆਹ ਰਾਡ ਆ ਗਈ ਜਿਹੜੀ ਇਹ ਉਰੋਂ ਟੁੱਟ ਗਈ ਆਹ ਆਹ ਨਟ ਤੋਂ ਇੰਨੀ ਰਾਡ ਪਰਾਂ ਵਾਲੀ ਟੁੱਟ ਗਈ ਜਿਹਦੇ ਵਿੱਚ ਆ ਇਹਨੇ ਚੱਲਣਾ ਗਾ ਆਹ ਗੇਅਰ ਨੇ ਇੱਥੋਂ ਐਂ ਇਹ ਟੁੱਟ ਗਈ ਅਤੇ ਉਹ ਆਪਾਂ ਨਵੀਂ ਪਾਉਣੀ ਆ ਕੱਢ ਕੇ ਠੀਕ ਆ ਲਓ ਜੀ ਮਿੱਤਰੋ ਗੇਅਰ ਖੋਲਣ ਲੱਗੇ ਹਾਂ ਅਤੇ ਤੁਹਾਨੂੰ ਰਾਡ ਦਿਖਾਉਂਦੇ ਹਾਂ ਖੋਲ੍ਹ ਕੇ ਕਿਹੜੀ ਟੁੱਟੀ ਆ ਕਿਹੜੀ ਪਾਉਣੀ ਆ ਆਪਾਂ ਚੱਕ ਵੀ ਖੋਲ੍ਹ ਦੇ ਗਿਆ ਨਟ ਖੋਲ੍ਹਤੇ ਸਾਰੇ ਹੁਣ ਬਸ ਇਹ ਤਾਂ ਹੀ ਚੱਕਣਾ ਗਾ ਫਰੀ ਗਾਰਡ ਚੱਕ ਖੁੱਲ੍ਹ ਗਿਆ ਖੁੱਲ੍ਹ ਗਿਆ ਅਤੇ ਆਪਣੀ ਆਹ ਵਾਲੀ ਰਾਡ ਟੁੱਟੀ ਹੈਗੀ ਉਹ ਦੇਖੋ ਨਹੀਂ ਹਾਂ ਵਾਲੀ ਹਾਂ 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 ਹੀ ਟੁੱਟੀ ਆ ਹਟ ਜਾਓ ਆਹ ਦੇਖੋ ਆਹ ਟੁੱਟ ਗਈ ਉਹਨੂੰ ਇੱਥੋਂ ਫਰੀ ਹੋ ਗਿਆ ਨਟ ਅਤੇ ਇਹ ਰਾਡ ਆਪਾਂ ਦਿਖਾਈ ਕਿੱਥੇ ਗਈ ਆਪਣੀ ਨਵੀਂ ਆ ਰਹੀ ਆਹ ਪਾਉਣੀ ਹੈਗੀ ਇਹ ਅੱਡ ਕਰਕੇ ਪਊਗਾ ਨਾ ਜੀ ਮਜ਼ਾ ਨੂੰ ਅੱਡ ਅੱਡ ਕਰਕੇ ਫਿਰ ਪਊਗੀ ਇਹ ਰਾਡ ਲਓ ਜੀ ਮਿੱਤਰੋ ਸਾਰਾ ਤੇਲ ਵਗੈਰਾ ਕੱਢ ਲਿਆ ਇਹਦੇ 'ਚੋਂ ਸਾਰਾ ਤੇਲ ਆਪਣਾ ਦੋ ਕੈਨਾਂ 'ਚ ਹੈਗਾ ਅਤੇ ਬਾਕੀ ਬਾਅਦ 'ਚੋਂ ਪਾ ਦਾਂਗੇ ਲਓ ਜੀ ਪੈਪਾਂ ਪੂਪਾਂ ਸਾਰੀਆਂ ਖੋਲ੍ਹਤੀਆਂ ਅਤੇ ਬਾਕੀ ਹੈ ਨਾ ਇਹਨੂੰ ਕਰਦੇ ਆ ਪਿੱਛੇ ਅਤੇ ਪਿੱਛੇ ਕਰਕੇ ਆਹ ਨਟ ਖੋਲ੍ਹਤੇ ਸਾਰੇ ਨਾ ਲਓ ਜੀ ਦੋਨੇ ਸਾਈਡ ਆਪਾਂ ਗੁੱਲੇ ਲਾਤੇ ਜਿਹਦੇ ਨਾਲ ਕੀ ਹਿੱਸਾ ਉੱਧਰੋਂ ਖੋਲ੍ਹਾਂਗੇ ਤਾਂ ਉਹਦੇ 'ਤੇ ਕੋਈ ਦਿੱਕਤ ਨਹੀਂ ਆਊਗੀ ਲਓ ਜੀ ਟਰੈਕਟਰ ਅੱਡ ਅੱਡ ਹੋਣ ਲੱਗਿਆ ਵਿਚਾਰੋਂ ਅਤੇ ਦੇਖੋ ਕਿੰਨੇ ਬੰਦੇ ਲੱਗੇ ਹੋਏ ਆ ਮਗਰਾਟਾਂ ਨੂੰ ਹੱਥ ਪਾਇਆ ਹੋਇਆ ਬਾਕੀ ਮੋਰ ਨੂੰ ਨੜੀ ਗਏ ਬਸ ਇੰਨਾ ਧਿਆਨ ਰੱਖੀ ਹੌਲੀ ਹੌਲੀ ਕਰਿਓ ਅੱਡ ਹੌਲੀ 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 ਚਲੋ ਹੋ ਗਿਆ ਮਿੱਤਰੋ ਦੇਖ ਲੋ ਅਸੀਂ ਕਰਦਾ ਚਾਉਂਡੀਅਰ ਅਸੀਂ ਕਰਦਾ ਚਾਉਂਡੀਅਰ ਤੇ ਦੇਖੋ ਆਹ ਫੁਰਕ ਆਹ ਟੁੱਟ ਗਈ ਇਹ ਟੁੱਟਣ ਨਾਲ ਇਹਨੇ ਰਾਡ ਤੋੜਤੀ ਅਨਬੈਲੈਂਸ ਹੋ ਗਈ ਇਹ ਉਹਦੇ ਕਰਕੇ ਰਾਡ ਟੁੱਟ ਗਈ ਅਤੇ ਇਹ ਵੀ ਨਵੀਂ ਪਊਗੀ ਇਹ ਲਿਆਉਣੀ ਭੁੱਲ ਗਿਆ ਹੁਣ ਇਹ ਤਾਂ ਹੁਣ ਖੋਲ੍ਹੇ ਤਾਂ ਪਤਾ ਲੱਗਣਾ ਸੀ ਨਾ ਅਤੇ ਹੁਣ ਕੱਲ੍ਹ ਨੂੰ ਇਹ ਵੀ ਲਿਆਉਣੀ ਪੈਣੀ ਆ ਹੁਣ ਨਹੀਂ ਹੁਣ ਨੂੰ ਕਹਿ ਦਿੰਦੇ ਆਪਾਂ ਹੈ ਨਾ ਨਾਲ ਦੀ ਨਾਲ ਹੀ ਚਲੋ ਕੋਈ ਨਾ ਕੱਲ੍ਹ ਨੂੰ ਲਿਆ ਕੇ ਪਾ ਦਾਂਗੇ ਅਤੇ ਫਿਰ ਆਪਾਂ ਬਾਕੀ ਸ਼ੋਅ ਚੜਾ ਕੇ ਅਤੇ ਪਲੈਟਫਾਰਮ ਆਪਣਾ ਲਗਭਗ ਤਾਂ ਆਹ ਦੇਖੋ ਆਹ ਤਾਂ ਰੈਡੀ ਆ ਹੈ ਨਾ ਅੱਜ ਦੇ ਪੱਤੀਆਂ ਪੁੱਤੀਆਂ ਹੁੰਦੀਆਂ ਹੈਗੀਆਂ ਅਤੇ ਬਾਕੀ ਕੱਲ੍ਹ ਨੂੰ ਬ੍ਰੇਕ ਬਰੂਕ ਵੱਢ ਕੇ ਉੱਚੇ ਕਰਨੇ ਹੈਗੇ ਅਤੇ ਰੇਸ ਦਾ ਜਗਾੜ ਕਰਨਾ ਕਲੱਚ ਵੜਤਾ ਉਹ ਪਿਆ ਗਾ ਅਤੇ ਬਾਕੀ ਕੱਲ੍ਹ ਨੂੰ ਪਤਾ ਲੱਗੋ ਲਓ ਜੀ ਮਿੱਤਰੋ ਤਾਂ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਅੱਗੇ ਕੀ ਬਣਿਆ ਹੈ ਨਾ ਜੌਂਡੀਅਰ ਦਾ ਅਤੇ ਬਾਕੀ ਫਿੱਟ ਤਾਂ ਕਰਤਾ ਅਸੀਂ ਉਹ ਤੁਸੀਂ ਬਾਕੀ ਅੱਧਾ ਪਾਰਟ ਜਿਹੜਾ ਉਹ ਅਗਲੇ ਵਲੋਗ ਦੇ ਵਿੱਚ ਦੇਖਿਓ ਅਤੇ ਬਾਕੀ ਪੈਰ ਦਾ ਨਾ ਕੰਮ ਵੀ ਡਨ ਹੋ ਗਿਆ ਸਾਰੇ ਵਲੋਗ ਹੁਣ ਲਗਾਤਾਰ ਆਉਣਗੇ ਆਹ ਵਲੋਗ ਦੇਖ ਕੇ ਤੁਸੀਂ ਹੁਣ ਬਸ ਆਪਣਾ ਵੇਟ ਕਰਿਓ ਅਗਲਾ ਵਲੋਗ ਕੱਲ੍ਹ ਨੂੰ ਸੁਬਾਹ ਆਜੂਗਾ ਠੀਕ ਹੈ ਜੀ ਅਤੇ ਕੱਲ੍ਹ ਨੂੰ ਪੱਕਾ ਆਊਗਾ ਵਲੋਗ ਲੇਟ ਨਹੀਂ ਕਰਦੇ ਹੈਗੇ ਹੁਣ ਮੈਂ ਬਹਿ ਕੇ ਐਡਿਟ ਕਰ ਰਿਹਾ ਸੀਗਾ ਬਾਕੀ ਓਕੇ ਬਾਏ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ